ਇਦਾਂ ਤੇ ਆਜੇ ਜੰਮੇ ਤੇ ਆਜੇ ਨਾ ਜੰਮੇ ਸਾਨੂੰ ਤਾਂ ਰੋਣਾ ਹੁੰਦਾ ਵੀ ਇੰਨੇ ਕਾਰੀਗਰ ਸੀ ਇੰਨਾ ਸਾਡਾ ਦਿਮਾਗ ਕੰਮ ਕਰਦਾ ਸਾਡੇ ਪੱਲੇ ਕੱਖ ਨਹੀਂ ਡੇਰੇ ਲਾਉਂਦੇ ਉੱਥੇ ਵੀ ਕੋਈ ਨਾ ਕੋਈ ਆ ਜਾਂਦਾ ਵੀ ਜਾਓ ਹੈਗਾ ਕੋਈ ਨਾ ਕੋਈ ਆ ਜਾਂਦਾ ਭਾਈ ਇੱਥੇ ਕੀ ਕਿਉਂ ਜਾਓ ਚਲੇ ਜਾਂਦੇ ਆ ਸਾਡੀ ਕਾਰੀ ਜ਼ਿੰਦਗੀ ਹੈ ਸਰਦਾਰ ਜੀ ਬਸ ਟਾਈਮ ਪਾਸ ਹੀ ਕਰੀ ਜਾਂਦੇ ਹਾਂ ਜੇ ਸਾਡਾ ਵੀ ਜੀ ਕਰਦਾ ਸਾਡੇ ਜਵਾਕ ਪੜ੍ਹਨ ਲਿਖਣ ਕੋਲ ਨੌਕਰੀ ਲੱਗ ਜਾਣ ਕੋਈ ਵਧੀਆ ਇਹਨਾਂ ਨੂੰ ਸਹੂਲਤਾਂ ਮਿਲ ਜਾਣ ਤਾਂ ਅਸੀਂ ਤਾਂ ਮਰ ਜਾਣਾ ਸਾਰੀ ਉਮਰ ਤਾਂ ਕੋਈ ਬਚਦਾ ਨਹੀਂ ਇਹ ਵੀ ਛਟਾਣਾ ਸਾਡਾ ਵੀ ਕੋਈ ਬਣ ਜਾਵੇ ਅਸੀਂ ਵੀ ਦੇਖ ਲਈਏ ਵੀ ਅਸੀਂ ਵੀ ਘਰਾਂ 'ਚ ਬੈਠੇ ਹਾਂ ਸਾਨੂੰ ਵੀ ਸਰਕਾਰ ਸਾਡੇ ਬਾਰੇ ਵੀ ਸੋਚਦੀ ਹੈ ਦਾਤੀਆਂ ਖੁਰਚਣੇ ਚਿਮਟੇ ਸਾਗ ਵਾਲੀ ਦਾਤੀਆਂ ਆਹ ਜਿਹੜਾ ਹਲਵਾਈਆਂ ਵਾਲਾ ਕੰਮ ਹੈਗਾ ਆਹ ਟੋਟਲ ਬਣਾਉਣਾ ਮੈਂ ਤੁਹਾਡੇ ਕੋਲ ਗਰੰਟਰ ਨਹੀਂ ਕੋਈ ਤੁਹਾਡੇ ਕੋਲ ਵੈਲਡਿੰਗ ਨਹੀਂ ਕੁਛ ਨਹੀਂ ਬਿਲਡਿੰਗ ਬੋਰਡ ਕੁਛ ਨਹੀਂ ਅਸੀਂ ਤਾਂ ਬਗੈਰ ਬਿਲਡਿੰਗ ਨਾਲ ਇੱਥੇ ਤਾਪ ਤਾਰ ਲਾ ਦਿੰਦਾ ਇਹ ਦੋ ਸਰੀਏ ਇਹ ਜੋੜਤਾ ਬਗੈਰ ਬਿਲਡਿੰਗ ਨਾਲ ਇਹਦੀ ਆ ਜਿਹੜੀ ਆ ਚਿਮਨੀ ਕਹਿੰਦੇ ਇਹਨੂੰ ਚਿਲਮ ਇਹ ਵੀ ਹੱਥੀ ਤਿਆਰ ਕੀਤੀ ਗਈ ਹੈ ਐਟਮਾਂ ਦਾ ਉਹੀ ਚੀਜ਼ ਐਟਮ ਬਣਾ ਦੂੰਗਾ ਜੇ ਦਿਖਾਤੀ ਨਾ ਪਿਸਤੌਲ ਦਿਖਾਈ ਪਿਸਤੌਲ ਬਣਾ ਕੇ ਰੱਖ ਦੀ ਬਣੀ ਇੱਥੇ ਆ ਚੱਕ ਅਸੀਂ ਵਪਾਰ ਜਾਣਦੇ ਹਾਂ ਅਤੇ ਆ ਸਮਾਨ ਤਾਂ ਟੋਟਲੀ ਅਸੀਂ ਜਾਣਦੇ ਹਾਂ ਵੀ ਬਚਪਨ ਨੂੰ ਹੀ ਬਣਾ ਰਹੇ ਹਾਂ ਜਿੱਥੋਂ ਦੇ ਨਿਕਲੇ ਹਾਂ ਨਾ ਉਦੋਂ ਹੀ ਪਹਿਲਾਂ ਦਾ ਹੀ ਬਣਦਾ ਦਾਦੇ ਪੜਦਾਦੇ ਉਹ ਵੀ ਲੰਘੇ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਔਰ ਮੈਂ ਹਰਵਿੰਦਰ ਸਿੰਘ ਢਿੱਲੋਂ ਜਿਹੜੇ ਲੋਕਾਂ ਦੀ ਮੈਂ ਗੱਲ ਕਰਨ ਜਾ ਰਿਹਾ ਸਰਕਾਰਾਂ ਆਈਆਂ ਗਈਆਂ ਪਰੰਤੂ ਸਰਕਾਰਾਂ ਵੱਲੋਂ ਸਿਰਫ ਵਾਅਦੇ ਹੀ ਕੀਤੇ ਗਏ ਇਹਨਾਂ ਲੋਕਾਂ ਦੇ ਪ੍ਰਤੀ ਕਿ ਇਹਨਾਂ ਨੂੰ ਜਿਹੜਾ ਆਹ ਸਹੂਲਤਾਂ ਸਾਡੇ ਵੱਲੋਂ ਦਿੱਤੀਆਂ ਜਾਣਗੀਆਂ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਹੱਥੀਂ ਕਿਰਤ ਕਰਨ ਦੀ ਬਜਾਏ ਬਾਹਰ ਜਾਣਾ ਪਸੰਦ ਕਰਦੀ ਹੈ ਕਿਤੇ ਨਾ ਕਿਤੇ ਮਸ਼ੀਨੀ ਯੁੱਗ ਵੀ ਆ ਗਿਆ ਜਿਨ੍ਹਾਂ ਕਰਕੇ ਇਹ ਲੋਕ ਜਿਹੜੇ ਰੋਟੀ ਖਾਣ ਤੋਂ ਵੀ ਮੁਤਾਜ ਹੋ ਗਏ ਪਰੰਤੂ ਜਿਹੜੀ ਇਹਨਾਂ ਦੇ ਹੱਥਾਂ ਦੇ ਵਿੱਚ ਕਲਾ ਇਹਨਾਂ ਨੇ ਜਿਹੜੀ ਪੁਰਾਣੀ ਵਿਰਾਸਤ ਸਾਂਭ ਕੇ ਰੱਖੀ ਹੈ ਸਾਡੇ ਪੰਜਾਬ ਦੀ ਔਰ ਇਹਨਾਂ ਲੋਕਾਂ ਨੂੰ ਗੱਡੀਆਂ ਵਾਲੇ ਕਹਿ ਕੇ ਜਿਹੜਾ ਪੁਕਾਰਿਆ ਜਾਂਦਾ ਹੈਗਾ ਤਾਂ ਗੱਡੀਆਂ ਵਾਲੇ ਨੇ ਜਿਹੜੇ ਇਸ ਟਾਈਮ ਇਹ ਤਸਵੀਰਾਂ ਨੇ ਜਿਹੜੀਆਂ ਪਿੰਡ ਦੁੱਗਰੀ ਦੀਆਂ ਨੇ ਜਿੱਥੇ ਕਿ ਦੁਸਹਿਰਾ ਗਰਾਊਂਡ ਦੇ ਵਿੱਚ ਆਹ ਗਰਾਊਂਡ ਦਿਖਾ ਦਿਓ ਇੱਕ ਵਾਰ ਹਰ ਸਾਲ ਇੱਥੇ ਗੱਡਰੀਆਂ ਵੱਲੋਂ ਇੱਕ ਮੇਲਾ ਲਗਾਇਆ ਜਾਂਦਾ ਕਿਉਂਕਿ ਇਹਨਾਂ ਦੇ ਇੱਕ ਪੁਰਖੇ ਸੀਗੇ ਜਿਨ੍ਹਾਂ ਦੀ ਮੌਤ ਇਸ ਪਿੰਡ ਦੇ ਵਿੱਚ ਹੋ ਗਈ ਸੀ ਦੁੱਗਰੀ ਦੇ ਵਿੱਚ ਜਿਸ ਦੀ ਕਿ ਇਹਨਾਂ ਵੱਲੋਂ ਇੱਕ ਜਗ੍ਹਾ ਵੀ ਬਣਾਈ ਗਈ ਹੈ ਸਮਾਧ ਬਣਾਈ ਗਈ ਹੈ ਹਰ ਸਾਲ ਇਹ ਉੱਥੇ ਇਕੱਠੇ ਹੋ ਕੇ ਆਪਣਾ ਦੂਰੋਂ ਦੂਰੋਂ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਇਹ ਲੋਕ ਬੈਠੇ ਨੇ ਪੰਜਾਬ ਨਹੀਂ ਮੈਂ ਲੁਧਿਆਣੇ ਦੀ ਗੱਲ ਕਰਾਂਗਾ ਜ਼ਿਲ੍ਹੇ ਦੀ ਜ਼ਿਲ੍ਹੇ ਦੇ ਵਿੱਚ ਜਿੱਥੇ ਜਿੱਥੇ ਵੀ ਇਹਨਾਂ ਨੇ ਵੱਲੋਂ ਆਪਣੀਆਂ ਜਿਹੜੀਆਂ ਝੁੱਗੀਆਂ ਲਗਾਈਆਂ ਗਈਆਂ ਨੇ ਉੱਥੋਂ ਦੀ ਹਰ ਸਾਲ ਇੱਥੇ ਇਕੱਠੇ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਮੰਗਣੇ ਵਿਆਹ ਸ਼ਾਦੀ ਜਿਹੜੇ ਕਰਨੇ ਆ ਰਿਸ਼ਤੇ ਕਰਨੇ ਆ ਉਹ ਸਾਰਾ ਇਹ ਕਾਰ ਵਿਹਾਰ ਆਪਣੀ ਬਰਾਦਰੀ ਦੇ ਵਿੱਚ ਹੀ ਕਰਦੇ ਨੇ ਔਰ ਆਪਣੀ ਬਰਾਦਰੀ ਤੋਂ ਜਿਹੜਾ ਬਾਹਰ ਨਾ ਕੁੜੀ ਵਿਆਹੁੰਦੇ ਨੇ ਔਰ ਨਾ ਹੀ ਮੁੰਡਾ ਵਿਆਹੁੰਦੇ ਨੇ ਔਰ ਸਾਰੀ ਗੱਲਬਾਤ ਅੱਜ ਇਹਨਾਂ ਨਾਲ ਕਰਾਂਗੇ ਕਿ ਇਹਨਾਂ ਵੱਲੋਂ ਕੀ ਕੰਮ ਕੀਤਾ ਜਾਂਦਾ ਹੈਗਾ ਔਰ ਸਰਕਾਰਾਂ ਵੱਲੋਂ ਇਹਨਾਂ ਨੂੰ ਕੀ ਸਹੂਲਤਾਂ ਜਿਹੜੀਆਂ ਮਿਲੀਆਂ ਨੇ ਸਵਾਗਤ ਹੈ ਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲੱਡੂ ਹੈ ਜੀ ਲੱਡੂ ਜੀ ਤੁਸੀਂ ਕਿਹੜੀ ਬਰਾਦਰੀ ਨਾਲ ਸੰਬੰਧਿਤ ਹੈਗੇ ਹੋ ਚਿਤੌੜਗੜ੍ਹ ਗੱਡੀਆਂ ਵਾਲੇ ਲੋਹਾਰ ਰਾਜਪੂਤ ਲੋਹਾਰਾਂ ਸੀ ਚਿਤੌੜਗੜ੍ਹ ਦੇ ਬਣਾਉਂਦੇ ਚਿਤੌੜਗੜ੍ਹ ਦੇ ਚਿਤੌੜਗੜ੍ਹ ਨੂੰ ਕੱਢੇ ਗਏ ਆ ਸਾਨੂੰ ਦੇਖ ਲਓ ਚਿਤੌੜਗੜ੍ਹ ਦਾ ਨਾਂ ਸੁਣਦਿਆਂ ਹੀ ਜਿਹੜਾ ਇੱਕ ਨਾ ਪਤਾ ਲੱਗਦਾ ਕਿ ਚਿਤੌੜਗੜ੍ਹ ਔਰ ਰਾਜਪੂਤ ਉੱਥੇ ਦਾ ਜਿਹੜਾ ਇਤਿਹਾਸ ਹੈ ਅੱਖਾਂ ਸਾਹਮਣੇ ਆ ਜਾਂਦਾ ਤੁਹਾਨੂੰ ਉੱਥੋਂ ਕੱਢਿਆ ਕਿਉਂ ਗਿਆ ਸੀਗਾ ਜੀ ਕੱਢਿਆ ਗਿਆ ਸੀ ਮੁਸਲਮਾਨ ਧੀ ਦਾ ਡੋਲਾ ਮੰਗਦਾ ਸੀ ਸਾਡੀ ਆਬਾਦੀ ਬਹੁਤ ਘੱਟ ਸੀਗੀ ਉਹਨਾਂ ਦੀ ਆਬਾਦੀ ਬਹੁਤ ਚੰਗੀ ਜ਼ਿਆਦਾ ਸੀ ਜਦੋਂ ਮੁਗਲਾਂ ਦਾ ਰਾਜ ਸੀਗਾ ਹਾਂ 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 ਜੀ ਮੁਗਲਾਂ ਦਾ ਰਾਜ ਸੀਗਾ ਜਦੋਂ ਤਾਂ ਮੁਗਲਾਂ ਦੇਖ ਲਓ ਤੁਸੀਂ ਕਿੰਨੇ ਆਪਣੇ ਜਿਹੜਾ ਬਰਾਦਰੀ ਦੇ ਪ੍ਰਤੀ ਪੱਕੇ ਨੇ ਮੁਸਲਮਾਨ ਨੇ ਜਿਹੜਾ ਧੀ ਦਾ ਰਿਸ਼ਤਾ ਮੰਗਿਆ ਸੀਗਾ ਇਹਨਾਂ ਵੱਲੋਂ ਜਿਹੜਾ ਮਨ੍ਹਾ ਕਰ ਦਿੱਤਾ ਗਿਆ ਉਹਨਾਂ ਦੀ ਜਿਹੜੀ ਸੰਖਿਆ ਦੱਸਦੇ ਨੇ ਜ਼ਿਆਦਾ ਸੀ ਮੁਸਲਮਾਨਾਂ ਦੀ ਜਿਸ ਦੇ ਕਰਕੇ ਇਹਨਾਂ ਨੂੰ ਉੱਥੋਂ ਦੀ ਕੱਢ ਦਿੱਤਾ ਗਿਆ ਹੁਣ ਸਾਡੀ ਬਾਦੀ ਇੱਕ ਇੱਕ ਦੇਖ ਹੁਣ ਮੇਰੇ ਪੰਜ ਮੁੰਡੇ ਆ ਤਿੰਨ ਕੁੜੀਆਂ ਹੈ ਕਿਸੇ ਦੇ ਪੰਜ ਮੁੰਡੇ ਆ ਕਿਸੇ ਦੇ ਚਾਰ ਹੈ ਕਿਸੇ ਦੇ ਸੱਤ ਹੈ ਕਿਸੇ ਦੇ ਅੱਠ ਹੈ ਐਂ ਮੁੰਡੇ ਆ ਹੁਣ ਹਾਂ ਹੁਣ ਸਾਡੀ ਆਬਾਦੀ ਬਹੁਤ ਹੈ ਆਬਾਦੀ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਵੋਟਾਂ ਵਗੈਰਾ ਬਣੀਆਂ ਨੇ ਵੋਟਾਂ ਵੂਟਾਂ ਸਾਡੀਆਂ ਹਾਲੇ ਕੁਛ ਨਹੀਂ ਬਣੀਆਂ
ਵੋਟਾਂ ਬਣਾਈ ਜਾਂਦੇ ਆ ਵਿੱਚ ਬਣਾਈ ਜਾਂਦੇ ਆ ਹਾਲੇ ਸਾਡੀ ਕੁਛ ਨਹੀਂ ਵੋਟਾਂ ਵੋਟਾਂ ਜ਼ਮੀਨ ਬਾਰੇ ਹੋਵੇ ਤਾਂ ਹੀ ਜਾ ਵੋਟਾਂ ਜਿਹੜੀਆਂ ਸਰਕਾਰਾਂ ਨੇ ਜਿਹੜੇ ਪ੍ਰਵਾਸੀ ਨੇ ਅਗਰ ਯੂਪੀ ਬਿਹਾਰ ਦੀ ਗੱਲ ਕੀਤੀ ਜਾਵੇ ਜਿਹੜੇ ਲੋਕ ਉੱਥੋਂ ਆਏ ਨੇ ਵੋਟਾਂ ਉਹਨਾਂ ਦੀਆਂ ਵੀ ਆਧਾਰ ਕਾਰਡ ਬਣਾਈ ਜਾਂਦੇ ਨੇ ਤੁਸੀਂ ਤੁਹਾਡੀਆਂ ਨਹੀਂ ਬਣ ਰਹੀਆਂ ਵੋਟਾਂ ਸਾਡੀਆਂ ਹਾਲੇ ਬਣੀਆਂ ਨਹੀਂ ਹੈਗੀਆਂ ਹਾਂ ਆਓ ਜੀ ਆਓ ਇੱਧਰ ਆਓ ਜੀ ਭੈਣ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਾਣੀ ਹੈ ਤੁਹਾਡੀਆਂ ਵੋਟਾਂ ਬਣੀਆਂ ਹੀ ਨਹੀਂ ਸਾਡੀਆਂ ਵੋਟਾਂ ਬਣਾਉਂਦੀ ਨਹੀਂ ਸਰਕਾਰ ਸਾਡੇ ਬਾਰੇ ਕੋਈ ਸੋਚਦਾ ਹੀ ਨਹੀਂ ਗਰੀਬਾਂ ਬਾਰੇ ਹੁਣ ਸਾਨੂੰ ਕਿਹੜਾ ਸਾਡਾ ਜੀ ਕਰਦਾ ਇੱਥੇ ਬੈਠਣ ਵਾਸਤੇ ਅਸੀਂ ਵੀ ਹੁਣ ਧੱਕੇ ਖਾਂਦੇ ਹਾਂ ਸਾਡੇ ਵੀ ਜਵਾਕ ਪੜ੍ਹਨ ਲਿਖਣ ਤਾਂ ਮਾੜਾ ਮੋਟਾ ਬਣ ਜਾਣ ਕੁਛ ਅਸੀਂ ਵੀ ਇੰਨਾ ਸੋਚਦੇ ਹਾਂ ਸਾਡੇ ਵੀ ਹੈਗਾ ਜਿਗਰਾ ਪਰ ਦੁਨੀਆ ਸੁਣਦੇ ਨਹੀਂ ਹੈਗੀ ਸਾਡੇ ਬਾਰੇ ਜੀ ਸਰਕਾਰ ਤਾਂ ਬਾਅਦ ਦੀ ਗੱਲ ਹੈ ਸਹੂਲਤਾਂ ਤਾਂ ਹੀ ਮਿਲਣਗੀਆਂ ਅਗਰ ਇਹ ਵਿਚਾਰੇ ਕਾਗਜ਼ਾਂ ਦੇ ਵਿੱਚ ਆਉਣਗੇ ਇਹਨਾਂ ਦੀਆਂ ਵੋਟਾਂ ਬਣਨਗੀਆਂ ਬਣੂਗੀ ਸਾਡੀ ਮਾੜੀ ਮੋਟੀ ਚੋਪੜੀ ਸਾਡੀ ਇਹ 24 ਘੰਟੇ ਇੱਥੇ ਰਹਿਣਾ ਇੱਥੇ ਸਾਡਾ ਗੁਜ਼ਾਰਾ ਥੋੜ੍ਹੀ ਹੁੰਦਾ ਸਰਦਾਰ ਜੀ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਵੀ ਗਰੀਬ ਧੱਕੇ ਖਾਂਦਾ ਫਿਰਦਾ ਤੁਹਾਡੀ ਵੀ ਜਿਹੜੀ ਕੋਈ ਐਸੋਸੀਏਸ਼ਨ ਬਣੀ ਹੋਏਗੀ ਤੁਹਾਡੇ ਰਾਜਪੂਤ ਬਰਾਦਰੀ ਦੀ ਉਹ ਲੋਕ ਸਰਕਾਰਾਂ ਦੇ ਨਾਲ ਗੱਲਬਾਤ ਨਹੀਂ ਕਰਦੇ ਸਾਡੇ ਨਾਲ ਕੋਈ ਗੱਲ ਹੀ ਨਹੀਂ ਕਰਦਾ ਸਰਦਾਰ ਜੀ ਆਉਂਦਾ ਹੀ ਨਹੀਂ ਸਾਡੇ ਪੱਖ ਦੀ ਕੋਈ ਕਹਿੰਦਾ ਹੀ ਨਹੀਂ ਹੈਗਾ ਨਾ ਕੋਈ ਸਰਕਾਰ ਕਹਿੰਦੀ ਹੈ ਨਾ ਕੋਈ ਸਰਪੰਚ ਕਹਿੰਦਾ ਨਾ ਕੋਈ ਪ੍ਰਧਾਨ ਕਹਿੰਦੇ ਹੈ ਵਿਚਾਲੇ ਹੋ ਜਾਂਦੇ ਹੈਗੇ ਜਦੋਂ ਚੰਨੀ ਸਰਕਾਰ ਸੀ ਤਾਂ ਪੰਜ ਮਰਲੇ ਦੇ ਪਲਾਟ ਜਿਹੜੇ ਦਿੱਤੇ ਗਏ ਸੀ ਲੋੜਵੰਦਾਂ ਨੂੰ ਤੁਹਾਨੂੰ ਮਿਲੇ ਸਾਨੂੰ ਨਹੀਂ ਕੁਛ ਮਿਲਿਆ ਸਾਨੂੰ ਕੁਛ ਵੀ ਨਹੀਂ ਦਿੱਤਾ ਅਸੀਂ ਤਾਂ ਇੱਥੇ ਹੀ ਬੈਠੇ ਹਾਂ ਚੋਪੜੀ ਪਾ ਕੇ ਸਾਨੂੰ ਦਿੰਦੇ ਹੀ ਨਹੀਂ ਹੈਗੇ ਸਾਡਾ ਵੀ ਜੀ ਕਰਦਾ ਅਸੀਂ ਵੀ ਘਰ 'ਚ ਰਹੀਏ ਵੀ ਅਸੀਂ ਆਪਣਾ ਸਮਾਨ ਬਣਾਈਏ ਇੰਨੇ ਕਾਰੀਗਰ ਬੰਦੇ ਹਾਂ ਅਸੀਂ ਧੱਕੇ ਖਾਂਦੇ ਫਿਰਦੇ ਹਾਂ ਪੰਜਾਬ 'ਚ ਰਹਿੰਦੇ ਹਾਂ ਨਾਲੇ ਬਿਲਕੁਲ ਹੱਥ ਦੀ ਕਲਾਕਾਰੀ ਦਾ ਤਾਂ ਬਿਲਕੁਲ ਸਹੀ ਗੱਲ ਕੀਤੀ ਹੈ ਭੈਣ ਨੇ ਬਾਪੂ ਜੀ ਇਹ ਦਿਖਾਓ ਆਹ ਜਿਹੜਾ ਪਿਆ ਹੈਗਾ ਹੁੱਕਾ ਇਹਦੀ ਆ ਜਿਹੜੀ ਆ ਚਿਮਨੀ ਕਹਿੰਦੇ ਇਹਨੂੰ ਚਿਲਮ ਇਹ ਵੀ ਹੱਥੀਂ ਤਿਆਰ ਕੀਤੀ ਗਈ ਹੈ ਹੱਥੀਂ ਤਿਆਰ ਕੀਤੀ ਹੋਈ ਹੈ ਚਿਮਟਾ ਵੀ ਹੱਥੀਂ ਤਿਆਰ ਕੀਤਾ ਐਟਮਾਂ ਤਾਂ ਉਹੀ ਚੀਜ਼ ਐਟਮ ਬਣਾ ਦੂੰਗਾ ਜੇ ਦਿਖਾਤੀ ਨਾ ਪਿਸਤੌਲ ਦਿਖਾਈ ਪਿਸਤੌਲ ਬਣਾ ਕੇ ਰੱਖ ਦੂੰਗਾ ਇੱਥੇ ਆ ਚੱਕ ਬਿਲਕੁਲ ਸਹੀ ਗੱਲ ਆ ਲੋਹੇ ਨੂੰ ਕੁੱਟ ਕੇ ਗਰਮ ਕਰਕੇ ਆਹ ਦੇਖੋ ਜੀ ਬਿਲਕੁਲ ਬਹੁਤ ਕੀਤੀ ਉੱਦਾਂ ਹੀ ਲਾਇਆ ਹੋਇਆ ਪਿੱਤਲ ਕਿਆ ਬਾਤ ਹੈ ਇਹ ਕੰਮ ਜਿਹੜੀਆਂ ਮਸ਼ੀਨਾਂ ਵੀ ਨਹੀਂ ਕਰ ਸਕਦੀਆਂ ਜਿਹੜਾ ਕੰਮ ਬਾਪੂ ਜੀ ਨੇ ਕੀਤਾ ਹੈ ਤੁਸੀਂ ਦੇਖੋ ਬਾਪੂ ਜੀ ਇਹਦੇ ਵਿੱਚ ਕੋਈ ਵੈਲਡਿੰਗ ਨਹੀਂ ਕੋਈ ਕੁਛ ਨਹੀਂ ਬਿਲਡਿੰਗ ਬੁਲਡ ਕੁਛ ਨਹੀਂ ਹੈਗਾ ਇਹਦੇ 'ਚ ਪਿੱਤਲ ਹੀ ਲਾਇਆ ਹੋਇਆ ਉੱਦਾਂ ਹੀ ਹੁਣ ਲਾ ਕੇ ਦਿਖਾ ਦਿੰਦਾ ਤੁਹਾਨੂੰ ਪਿੱਤਲ ਤੁਹਾਡੇ ਦੰਦਾਂ ਦੇ ਵਿੱਚ ਵੀ ਜਿਹੜਾ ਮੈਂ ਦੇਖਿਆ ਕਈ ਤੁਹਾਡੇ ਲੋਕਾਂ ਦੇ ਜਿਹੜੇ ਦੰਦ ਨੇ ਉਹਦੇ 'ਤੇ ਸੋਨੇ ਦਾ ਚੜਿਆ ਹੁੰਦਾ ਇਹਦਾ ਹੁੰਦਾ ਹੈਗਾ ਸਭ ਸੋਨੇ ਦਾ ਹੀ ਹੈ ਤਾਂ ਕਰ ਲੈਂਦੇ ਹੈਗੇ ਵੀ ਚੋਰੀ ਚਕਾਰੀ ਤੋਂ ਬਚਾ ਰਵੇ ਅਸੀਂ ਇਹ ਕੰਮ ਹੀ ਨਹੀਂ ਕਰਦੇ ਉਲਟ ਸੁਲਟ ਕੰਮ ਨਹੀਂ ਕਰਦੇ ਅਸੀਂ ਵਪਾਰ ਜਾਣਦੇ ਹਾਂ ਅਤੇ ਆ ਸਮਾਨ ਤਾਂ ਟੋਟਲੀ ਅਸੀਂ ਜਾਣਦੇ ਹਾਂ ਵੀ ਬਚਪਨ ਨੂੰ ਹੀ ਬਣਾ ਰਹੇ ਹਾਂ ਜਿੱਥੋਂ ਦੇ ਨਿਕਲੇ ਆ ਨਾ ਉਦੋਂ ਵੀ ਪਹਿਲਾਂ ਦਾ ਹੀ ਬਣਦਾ ਦਾਦੇ ਪੜਦਾਦੇ ਉਹ ਵੀ ਲੰਘ ਗਏ ਉਹਨਾਂ ਤੋਂ ਅੱਗੇ ਅੱਗੇ ਜਿਹੜੀ ਕਲਾ ਤੁਹਾਡੇ ਬੱਚਿਆਂ ਦੇ ਵਿੱਚ ਆਈ ਜਾਂਦੀ ਆ ਠੀਕ ਹੈ ਅਤੇ ਆਹ ਦੇਖੋ ਆ ਪਿੰਜਰਾ ਕਿੰਨਾ ਸੋਹਣਾ ਬਣਾਇਆ ਹੋਇਆ ਪੰਛੀਆਂ ਦਾ ਇਹ ਤਾਂ ਪੁਰਾਣਾ ਹੋ ਚੁੱਕਿਆ ਹੈਗਾ ਪੁਰਾਣਾ ਹੋ ਗਿਆ ਪਿੰਜਰੇ ਦਾ ਅਤੇ ਐਟਮਾਂ ਦਾ ਚੜ੍ਹਦੇ ਤੋਂ ਚੜ੍ਹਦੀ ਬਣਾਉਂਦੇ ਹਾਂ ਜੀ ਐਟਮ ਤਾਂ ਇਹੋ ਜਿਹੀ ਮਰਜ਼ੀ ਦੇਖ ਲਈ ਨਾ ਅਸੀਂ ਉਹੀ ਤਿਆਰ ਕਰਕੇ ਰੱਖ ਦੇਣੀ ਆ ਹਾਂ ਦਾਤੀਆਂ ਖੁਰਚਣੇ ਚਿਮਟੇ ਸਾਗ ਵਾਲੀ ਦਾਤੀਆਂ ਆਹ ਜਿਹੜਾ ਹਲਵਾਈਆਂ ਵਾਲਾ ਕੰਮ ਹੈਗਾ ਆਹ ਟੋਟਲ ਬਣਾਉਂਦਾ ਮੈਂ ਕੋਈ ਤੁਹਾਡੇ ਕੋਲ ਗਰੈਂਡਰ ਨਹੀਂ ਕੋਈ ਤੁਹਾਡੇ ਕੋਲ ਵੈਲਡਿੰਗ ਨਹੀਂ ਕੁਛ ਨਹੀਂ ਬਿਲਡਿੰਗ ਬੁਲਡ ਕੁਛ ਨਹੀਂ ਅਸੀਂ ਤਾਂ ਬਗੈਰ ਬਿਲਡਿੰਗ ਨਾਲ ਇੱਥੇ ਤਾਰ ਲਾ ਦਿੰਦਾ ਇਹ ਦੋ ਸਰੀਏ ਇਹ ਜੋੜਤਾ ਬਗੈਰ ਬਿਲਡਿੰਗ ਨਾਲ ਹੀ ਦੇਖ ਲਓ ਕਲਾ ਦੇਖ ਲਓ ਦੋ ਸਰੀਏ ਨੂੰ ਬਿਨਾਂ ਵੈਲਡਿੰਗ ਤੋਂ ਆਪਸ 'ਚ ਕਹਿੰਦੇ ਮੈਂ ਜੋੜ ਦਿੰਦਾ ਗਰਮ ਕਰਕੇ ਬਾਪੂ ਜੀ ਗਰਮ ਕਰਕੇ ਨਾਲ ਦੀ ਨਾਲ ਜੋੜ ਦੂੰ ਉਹ ਤਾਂ ਫਿਰ ਇੱਕੋ ਹੀ ਪੀਸ ਹੋ ਗਿਆ ਉਹ 'ਚ ਤਾਂ ਬਿਲਡਿੰਗ ਵਾਲਾ ਸਿਸਟਮ ਹੀ ਨਹੀਂ ਰਿਹਾ ਨਾ ਬਿਲਡਿੰਗ ਨਹੀਂ ਅਸੀਂ ਮੂਤੀ ਬਹੁਤ ਵੱਧ ਜਾਂਦੀ ਹੋ ਜਾਂਦੀ ਉਹਦੇ ਨਾਲ ਸਮਾਨ ਟੋਟਲ ਬਣਾਉਂਦੇ ਹਾਂ ਕੱਦੂਕਸ ਤੋਂ ਲਾ ਕੇ ਚਿਮਟਿਆਂ ਤੋਂ ਲਾ ਕੇ ਕੜਛੀਆਂ ਤੋਂ ਲਾ ਕੇ ਉਹ ਚੀਜ਼ ਕਿਹੜੀ ਵੀ ਅਸੀਂ ਬਣਾ ਨਹੀਂ ਸਕਦੇ ਤੁਹਾਡੇ ਕੋਲ ਕਿੱਥੋਂ ਕਿੱਥੋਂ ਲੋਕ ਆਉਂਦੇ ਨੇ ਕੋਈ ਦੂਰੋਂ ਵੀ ਆਉਂਦੇ ਨੇ ਦੂਰੋਂ ਬਹੁਤ ਆਉਂਦੇ ਆ ਪਹਿਲਾਂ ਵਪਾਰ ਚੱਲਦਾ ਸੀਗਾ ਵਪਾਰ ਕੰਮ ਕਰਦੇ ਸੀ ਅਸੀਂ ਵਪਾਰ ਦਾ ਹੁਣ ਵਪਾਰ ਮੰਡੀਆਂ ਬੰਦ ਹੋ ਗਈਆਂ ਹੁਣ ਆ ਲੋਹੇ ਦਾ ਕੰਮ ਫੈਕਟਰੀਆਂ ਵਾਲੇ ਬਥੇਰੇ ਆਉਂਦੇ ਆ ਮੇਰਾ ਮਾਲ ਬਹੁਤ ਬਾਹਰ ਜਾਂਦਾ ਹੈਗਾ ਮੈਂ ਇੱਥੋਂ ਟੋਟਲ ਮੈਨੂੰ ਬਣਾ ਕੇ ਲੈ ਜਾਂਦਾ ਹਜ਼ਾਰ ਦੋ ਹਜ਼ਾਰ ਫੀਸ ਬਣਾ ਕੇ ਲੈ ਜਾਂਦਾ ਹੈਗਾ ਬਾਪੂ ਜੀ ਹੁਣ ਤੁਸੀਂ ਸਾਡੇ ਜ਼ਰੀਏ ਸਰਕਾਰ ਨੂੰ ਕੋਈ ਕਹਿਣਾ ਚਾਹੁੰਦੇ ਜਿਹੜੀ ਨਵੀਂ ਬਣੀ ਸਰਕਾਰ ਆ ਆਮ ਆਦਮੀ ਪਾਰਟੀ ਸਰਕਾਰ ਨੂੰ ਐਂ ਕਰਨਾ ਚਾਹੀਦਾ ਵੀ ਸਾਨੂੰ ਮਾੜਾ ਮੋਟਾ ਕੁਝ ਮਿਲੇ ਜਗ੍ਹਾ ਜਗ੍ਹਾ ਮਿਲੇ ਇੱਦਾਂ ਜਾਇਜ਼ ਜੰਮੇ ਜਾਇਜ਼ ਨਾ ਜੰਮੇ ਸਾਨੂੰ ਤਾਂ ਰੋਣਾ ਹੁੰਦਾ ਵੀ ਇੰਨੇ ਕਾਰੀਗਰ ਸੀ ਇੰਨਾ ਸਾਡਾ ਦਿਮਾਗ ਕੰਮ ਕਰਦਾ ਸਾਡੇ ਪੱਲੇ ਕੱਖ ਨਹੀਂ ਬਿਲਕੁਲ ਧਮਾਤੜ ਉੱਠ ਕੇ ਹੀ ਆਊਦਾ
चले जाओ इतों भी चले जावे फिर। अच्छा जिते तुम डेरे लाने उत्थे भी कोई ना कोई आ जाता भी जाओ है कोई ना कोई आ जाता भाई इतने की क्यों जाओ चले जाने। जो बापू जी मेला लगता इतने किन्नी क गिणती चे लोग हो जाते इतों मेला का बहुत डबल लगता जी आज सरीकेबाजी हो गए मेला तो इन्ना लगता है ना चार कुंट के लोग आते इतने चार कुंट के लोग आए मैं शादी इतने की है मेरे पांच की कुड़ी का हाँ थोड़े दिन हो शादी ब्याह भी तुम उदो ही करने ने जो नाल कर दें शादी ब्याह भी असी तो हूँ मैं कहना है भी सरकार साढ़े वालों कुछ सोचे ना सा दिमाग बहुत कम करता है कोई शक नहीं बापू जी हाँ अनपढ़ असी जरा मर्जी आइटम दिखा दे उही आइटम तैयार करके रख दूंगा किसी तो नहीं होनी जिहो जी असी आइटम तैयार कर दीए। ठीक है बापू जी आस करते हैं जी कि तुहाडी जिहड़ी गल है सरकारां तक पहुँचे और ये हो भी नहीं सकता कि सरकार नूं पता ही ना हो चाह पीएंगे बापू जी जरूर पीएंगे भैन ये की करन लगे हुण तुसीं की करते हैं रोटी लाने जी। अच्छा रोटी बना लगे हाँ जी की करिए सिलंडर तो है नहीं गा एक बार अंदरों भी दिखा दिए जी जरा आ देख लो किन्ने हाथों के कारीगर लोग ने आ देखो जी गड्डी जिन्हों असी गड्डी वाले कहने बाबू जी बल्द कित्थे तुहाडा बल्द तो किदा चलती है फिर ये रेहड़ी। अच्छा बल्द भी कहते बेच दते हैं कोई ठंड करके भी ये बेच देंगे ने और जो थोड़ा मौसम सही हों उदो आ देखो तुम गड्डिया वाले इन्हों कहा जाता आ गड्डी खड़ी इन्हों की आ देखो बंजे किन्ने मजबूत ने इन दे सारा लोहे का जोड़ा काम किया और बहुत सोहनिया जी अंदरों चानणिया ला के उपर तरपाल है नीचे चानिया लगा के जड़ा घर वर्गी बनाई हुई है भी पूरी फीलिंग जी घर वर्गी आवे आ पतंग इन्ने तेरे अडानी हाँ। होनी तू इधर इधर देख के की नाम है तेरा खुशी खुशी। अच्छा तेरा पढ़न का जी करदा स्कूल जान का जी करदा। अच्छा तो तुसी देख सकते हो कि बच्चे दे भी अरमान ने कि मैं स्कूल जावा पढ़ा लिखा होर खुशी तेरे किन्ने भैन भरा पुत मेरे अठ भैन भाई अठ भैन भाई ने उन्हां च कोई भी नहीं पढ़दा पढ़दा कौन पढ़दा एक कुड़ी पढ़दी एक मुंडा पढ़दा पहला पढ़दे थी हुण नहीं पढ़दे स्कूल नहीं लाया पहला पढ़दे थी जवाक लाए थी किसी ने जिम्मेदार ने फिर थोड़े जे दिन पढ़े उत्थों तुरता सानूं फिर असीं चले गए उत्थों फिर हट गए जवाक साडी कारी जिंदगी है सरदार जी बस टाइम पास ही करी जन्ने आ जे साडा भी जी करदा है साडे जवाक पढ़न लिखन को नौकरी लग जाण तो वधिया इन्हां नूं सहूलतां मिल जाण तां असीं तां मर जाणा है सारी उम्र तां कोई बचदा नहीं इह भी ठिकाणा साडा भी कोई बण जावे असीं भी देख लईए वी असीं भी घरां च बैठे हाँ सानूं भी सरकार साडे बारे भी सोचदी है इन्नी दुनिया नूं दिंदी है साडे बारे कुछ नहीं सोचदी इन्ने कारीगरां असीं नाले सारिआं दा समान मेहनती बंदे आ कोई किसे दी चोरी नहीं करनी ना किसे दा टाका मारना मेहनत दी करके खाणी है सरकार नूं माड़ा मोटा साडे बारे भी सोचना चाहिए असीं भी पंजाब दे बंदे आ कोई बाहरले तो बंदे नहीं है भी माड़ा मोटा सानू भी दे देना साढ़े भी जी करते साढ़े भी माड़ा मोटा भी टाइम पास धियाँ पैण रहन घर तो चंगी लगदिया ने कुलिया च रहना कोई इतने पानी पुनी की व्यवस्था नहाँ धोन कि नहाँ धोन बस एक ही है रात को ला लें पानी पुनी इतों किसी ने टूटी तो भर लेता है अगला सौ गल सुना है अपना तो है ही नहीं जी अपना कही आप इतों भी कह देंगे जाओ तुम फिर इतों भी जाना पेगा अपना किहड़ा घर है जी सरदार जी कुलिया च बैठे हाँ जे अपना आवे तो आप भी कह सकते भी साडा है असं किमें जाइए पर सोचती नहीं सरकार साढ़े बारे माड़ा मोटा सो सोचे ना असी भी चलो असी कि सारी उम्र बचना है जवाक चल पढ़ लिख जाएंगे तो नौकरी लग जाएंगे माड़ा मोटा इन्हों की जिंदगी बन जूगी असी भी धक्के सारी उम्र खाधे ये भी धक्के ना खा इन्हें भी कुछ बन जाता थोड़ा ये भी थोड़ी बहुत मेहरबानी है चलो भैने कोई गल नहीं वीडियो ना शेयर जरूर कर दौ मेरा दिल करता कि ये वीडियो इन्नी क वायरल हो जड़िया गुंगिया बोलिया सरकार ने ना उन्होंने कन्ना तक इन्हों की आवाज़ जी पहुँचे वीडियो शेयर जरूर कर दौ दुकरी पिंड के बिल्कुल नाल दी जी रोड है वो जो दशहरा ग्राउंड है उत्थे परिवार बैठा अगर कोई इन्हों की
हेल्प भी करना चाहता, कोई मदद भी करना चाहता इन्हां लोगों की, किसी भी तरीके इन्हां दा आधार कार्ड बनवाण दे विच, वोट बनवाण दे विच, जगह दवाण दे विच तां जरूर करियो। साडे वल्लों तां अच्छा आधार कार्ड बने हुए है तो बहुत अच्छी गल है। चलो आधार कार्ड तो बने है, ठीक है, इन्हू सामभ के रखो वधिया लिफाफे च पा के डॉक्यूमेंट अपने। तो ये एड्रैस कितों का? ललतों कलां का बनया हुआ, तो एक मुलापुर का। तो तुम देख लो बेचारे दर दर दे जड़ा जाके अपना टिकाणा बना के गुजारा करते ने, इन्हों भी जगह मिले। ਅਸੀਂ ਤੁਹਾਡਾ ਵੀ ਭਲਾ ਕਰਾਂਗੇ ਜੇ ਸਾਡੀ ਗਰੀਬਾਂ ਦੀ ਮਦਦ ਕਰੂਗਾ। ਦਾ ਜਿਹੜੀ ਸਰਕਾਰ ਹੈ ਕਹਿੰਦੀ ਹੈ ਸਾਡੀ ਆਮ ਸਰਕਾਰ ਹੈ, ਗਰੀਬਾਂ ਦੀ ਸਰਕਾਰ ਹੈ, ਕਿੰਨੀ ਕਾਸ ਹੈ ਤੁਹਾਨੂੰ? ਸਾਨੂੰ ਆਸ ਹੈ ਕਿ ਗਰੀਬਾਂ ਦੀ ਸਰਕਾਰ ਹੈ, ਸਾਰੀ ਦੁਨੀਆ ਨੂੰ ਦਿੰਦੇ ਹੈ, ਪਲਾਟ ਦਿੱਤੇ ਹੈ, ਸਾਰਾ ਕੁਝ ਦਿੱਤਾ ਹੈ। ਅਸੀਂ ਇੰਨੇ ਚਿਰ ਦੇ ਰਹਿੰਦੇ ਹਾਂ ਪੰਜਾਬ, ਸਾਡੇ ਬਾਰੇ ਕੋਈ ਨਹੀਂ ਸੋਚਦਾ, ਵੀ ਇਹ ਧੱਕੇ ਖਾਂਦੇ ਸੜਕਾਂ 'ਤੇ ਬੈਠੇ ਹੈ ਇਹਨਾਂ ਦੇ। ਇੱਕ ਚੀਜ਼ ਮੈਂ ਹੋਰ ਦੱਸ ਦਿੰਦਾ, ਇਹਨਾਂ ਕੋਲ ਜਿਹੜਾ ਮੁਰਗੇ ਮੁਰਗੀਆਂ ਹੁੰਦੇ ਨੇ, ਜਿਹੜੀ ਨਸਲ ਇਹਨਾਂ ਦੇ ਕੋਲ ਹੈ, ਇਹ ਮੁਰਗੇ ਰੱਖਣ ਵਾਲੇ ਜਿਹੜੇ ਸ਼ੌਕੀਨ ਨੇ ਉਹ ਮੇਰੀ ਗੱਲ ਨਾਲ ਸਹਿਮਤ ਹੋਣਗੇ। ਹੁਣ ਤੁਹਾਡੇ ਕੋਲ ਰੱਖੇ ਹੋਏ ਨੇ ਮੁਰਗੇ ਜੀ? ਮੁਰਗੇ ਤੁਹਾਨੂੰ ਉਹ ਦੇਖੋ, ਮੁਰਗੀ ਜਿਹੜੀ ਬੈਠੀ ਹੈ, ਜੋ ਨਸਲ ਇਹਨਾਂ ਦੇ ਕੋਲੋਂ ਤੁਹਾਨੂੰ ਜੋ ਨਸਲ ਕਹਿ ਲਓ ਜਾਂ ਬਰੀਡ ਕਹਿ ਲਓ ਜਾਂ ਪ੍ਰਜਾਤੀ ਕਹਿ ਲਓ, ਜਿਹੜੀ ਪ੍ਰਜਾਤੀ ਸੀਲ ਮੁਰਗੇ ਮੁਰਗੀਆਂ ਦੀ ਇਹਨਾਂ ਕੋਲ ਤੁਹਾਨੂੰ ਮਿਲ ਜਾਏਗੀ, ਉਹ ਕਿਸੇ ਹੋਰ ਜਗ੍ਹਾ ਤੋਂ ਨਹੀਂ ਮਿਲਦੀ ਹੈਗੀ। ਔਰ ਇਹ ਲੋਕ ਜਿਹੜਾ ਆਂਡਾ ਵੀ ਤੱਕ ਨਹੀਂ ਦਿੰਦੇ ਬਾਹਰ ਕਿਸੇ ਨੂੰ, ਜੇ ਸਾਡੇ ਆਂਡੇ 'ਚੋਂ ਕੋਈ ਕਿਸੇ ਮੁਰਗੀ ਥੱਲੇ ਕੋਈ ਬੱਚਾ ਵੀ ਨਾ ਕਢਵਾ ਲਵੇ। ਕਿਹਾ ਜਾਂਦਾ ਕਿ ਆਂਡੇ ਦੇ ਵਿੱਚ ਵੀ ਸੂਈ ਮਾਰ ਦਿੰਦੇ ਨੇ ਥੋੜ੍ਹੀ ਜੀ, ਤਾਂ ਜੋ ਆਂਡਾ ਖਾਣ ਯੋਗ ਹੀ ਰਹੇ, ਬੱਚਾ ਨਾ ਉਹਦੇ ਵਿੱਚੋਂ ਨਿਕਲੇ। ਆਹ ਦੇਖ ਲਓ ਕੀ ਇਹਨਾਂ ਵੱਲੋਂ ਜਿਹੜਾ ਤਿਆਰ ਕੀਤਾ ਜਾਂਦਾ ਸਾਗ ਕੱਟਣ ਦੇ ਲਈ ਹੈਗਾ। ਨਾਂ ਨੂੰ ਤਾਂ ਮੈਨੂੰ ਇਹਨਾਂ ਦੇ ਸਾਰਿਆਂ ਦੇ ਸ਼ਾਇਦ ਹੀ ਆਉਂਦੇ ਹੋਣ। ਹਾਂਜੀ, ਸਾਗ ਵਾਲੀ ਦਾਤੀ ਜਿਹਨੂੰ ਦਾਤ ਕਹਿ ਦਿੰਦੇ ਆਪਾਂ, ਆਹ ਝਰਨੀ ਹੋ ਗਈ, ਠੀਕ ਹੈ ਜੀ। ਕਿਆ ਵਧੀਆ ਮਜ਼ਬੂਤ ਚੀਜ਼ ਬਣਾਈ ਹੋਈ ਹੈ। ਹਾਂ, ਗੂਗਲ ਧੂਫ ਜਿਹੜੀ ਆਪਾਂ ਦਿੰਦੇ ਹਾਂ ਘਰਾਂ ਦੇ ਵਿੱਚ, ਕਿਆ ਬਾਤ ਹੈ। ਆਹ ਚਿਮਟੇ ਦੇਖੋ ਕਿੰਨੇ ਮਜ਼ਬੂਤ ਹੈ, ਔਰ ਮੈਂ ਹੈਰਾਨ ਹਾਂ ਕਿ ਕੋਈ ਇਹਦੇ ਵਿੱਚ ਕੁਛ ਨਹੀਂ ਹੈਗੀਆਂ, ਅਜੇ ਬਣਾਈਆਂ ਨਹੀਂ ਹੈਗੀਆਂ, ਤਿਆਰ ਨਹੀਂ ਕੀਤੀਆਂ ਹੈਗੀਆਂ ਅਜੇ ਵੀ। ਇਹਨਾਂ ਨੂੰ ਇਹ ਕੁਛ ਨਹੀਂ ਸਮਝ ਰਹੇ, ਕਹਿੰਦੇ ਸਾਡੇ ਮਤਲਬ ਦੀ ਇੰਨੀ ਖਾਸ ਨਹੀਂ ਕਹਿੰਦੇ ਕੋਈ ਚੀਜ਼ ਹੈਗੀ ਇਹ। ਆਹ ਦੇਖੋ ਚਾਕੂ ਕਿੰਨਾ ਤਗੜਾ ਬਣਾਇਆ ਹੋਇਆ, ਰੇਤਾ ਬਣਾਇਆ ਹੋਇਆ, ਠੀਕ ਹੈ ਜੀ। ਆਹ ਉਹੀ ਦਾਤ ਦਾ ਹੀ ਹੈਗਾ ਸਿਸਟਮ, ਦਾਤ ਜਿਹੜਾ ਦਿਖਾਇਆ ਇਹਦਾ ਹੀ ਹੈ ਇਹ। ਆਹ ਦੇਖੋ ਆਹ ਛੈਣੀ ਕਿੰਨੀ ਮਜ਼ਬੂਤ ਹੈ, ਪਤੀਲੇ ਚੱਕਣ ਵਾਲੀ ਹੈ, ਸੰਨੀ ਜਿਹਨੂੰ ਕਹਿ ਦਿੰਦੇ ਆਪਾਂ, ਪਤੀਲੇ ਚੱਕਣ ਵਾਲੀ, ਕਿਆ ਬਾਤ ਹੈ। ਕਿੰਨੀਆਂ ਆਈਟਮਾਂ ਤਿਆਰ ਕਰਦੇ ਨੇ। ਆਹ ਦੇਖੋ ਕੁਹਾੜਾ ਨਾ ਜਿਹੜਾ, ਇਹਦੇ ਵਿੱਚ ਤੁਸੀਂ ਦੇਖ ਲਓ ਕਿ ਕੋਈ ਵੈਲਡਿੰਗ ਨਹੀਂ, ਕੋਈ ਕੁਛ ਨਹੀਂ, ਔਰ ਇਹ ਲੱਕੜ ਕੱਟਣ ਵਾਸਤੇ ਇਹਨਾਂ ਨੇ ਬਣਾਇਆ, ਔਰ ਬਹੁਤ ਹੀ ਤਿੱਖੀ ਧਾਰਦਾਰ ਚੀਜ਼ ਹੈ ਇਹ, ਬਹੁਤ ਵਧੀਆ ਜੀ, ਬਹੁਤ ਵਧੀਆ। ਤਾਂ ਇਹਨਾਂ ਲੋਕਾਂ ਦੇ ਹੱਥਾਂ ਦੀ ਕਲਾ ਨੂੰ ਦੇਖਦੇ ਹੋਏ ਜਿਹੜੇ ਲੋਕ ਇਹਨਾਂ ਕੋਲ ਸਮਾਨ ਬਣਵਾਉਣ ਦੇ ਲਈ ਆਉਂਦੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ, ਕੀ ਨਾਮ ਹੈ ਜੀ? ਸਤਿ ਸ਼੍ਰੀ ਅਕਾਲ ਵੀਰ ਜੀ, ਮੇਰਾ ਨਾਮ ਤਰਸੇਮ ਸਿੰਘ ਹੈ ਜੀ। ਤਰਸੇਮ ਜੀ, ਤੁਸੀਂ ਜਿੱਦਾਂ ਦੱਸਿਆ ਸੀਗਾ ਕਿ ਤੁਹਾਡਾ ਆਪਣਾ ਵੀ ਕੰਮ ਹੈਗਾ ਚਾਕੂ ਛੁਰੀਆਂ ਬਣਵਾਉਣ ਦਾ, ਪਰ ਫਿਰ ਵੀ ਤੁਸੀਂ ਇਹਨਾਂ ਦੇ ਕੋਲ ਆ ਕੇ ਜਿਹੜਾ ਕੰਮ ਕਰਵਾਇਆ ਲੋਹੇ ਦਾ? ਚੱਕਰ ਹੈ ਜੀ, ਅਸੀਂ ਆਪਣਾ ਅਸੀਂ ਵੀ ਖਾਨਦਾਨੀ ਜਿਵੇਂ ਰਾਮਗੜੀਆ ਬਰਾਦਰੀ ਨੂੰ ਬਿਲੋਂਗ ਕਰਦੇ ਹਾਂ, ਅਤੇ ਸਾਡੇ ਫਾਦਰ ਸਾਹਿਬ ਵੀ ਲੁਹਾਰਾ ਕੰਮ ਕਰਦੇ ਸੀਗੇ, ਪਰ ਅੱਜ ਕੀ ਆ ਸਾਡੀ ਜਿਹੜੀ ਨਵੀਂ ਜਨਰੇਸ਼ਨ ਆ ਉਹ ਹੱਥੀਂ ਕੰਮ ਕਰਨਾ ਭੁੱਲ ਗਈ ਆ, ਇਹ ਸਾਡੀ ਤਰਾਸਦੀ ਆ। ਜਿਹੜਾ ਕੋਈ ਵਧੀਆ ਕੋਈ ਦਿਮਾਗ ਆ ਉਹ ਬਾਹਰ ਜਾ ਰਿਹਾ ਆ, ਅਤੇ ਅਸੀਂ ਹੁਣ ਇਹਨਾਂ ਦੇ ਕੋਲ ਆਈਦਾ। ਇਹ ਬੰਦੇ ਜਿਵੇਂ ਕਹੋ ਬੜੇ ਤਕੜੇ ਫਨਕਾਰ ਨੇ, ਪਰ ਵਿਚਾਰੇ ਕਿਸੇ ਆਰਥਿਕ ਪੱਖੋਂ ਕਹਿ ਲਓ ਅਣਗੌਲੇ ਨੇ, ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ, ਕੋਈ ਵਿਚਾਰੇ ਕੋਈ ਟ੍ਰੇਨਿੰਗ ਨਹੀਂ ਹੈ, ਅਤੇ ਅਸੀਂ ਇਹਨਾਂ ਦੀ ਕਲਾ ਕਰਕੇ ਅਸੀਂ ਵੀ ਇਹਨਾਂ ਕੋਲੋਂ ਗਰਮ ਆਪਣਾ ਕੰਮ ਕਰਾਉਣ ਆਉਂਦੇ ਹਾਂ ਇਹਨਾਂ ਕੋਲ। ਜਿਹੜਾ ਗਰਮ ਲੋਹੇ ਨੂੰ ਕੁੱਟ ਕੇ ਜਿਹੜਾ ਬਣਾਉਣਾ, ਜਿਹੜਾ ਅਸਲੀ ਲੁਹਾਰ ਦਾ ਕੰਮ ਹੈ, ਉਹਦੇ ਇਹ ਮਾਹਰ ਨੇ, ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਆਹ ਬੱਚੀ ਦੇ ਹੱਥ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀ ਪਕੌੜੇ ਕੱਢਣ ਨੂੰ, ਜਲੇਬੀਆਂ ਕੱਢਣ ਨੂੰ, ਬੇਟਾ ਦਿਖਾਇਓ ਜਰਾ। ਆਹ ਵੀ ਜਿਹੜੀ ਹੱਥੀਂ ਤਿਆਰ ਕੀਤੀ ਹੋਈ ਹੈ, ਉੱਧਰ ਇੱਕ ਪਿੰਜਰਾ ਪਿਆ ਹੈਗਾ ਪੰਛੀਆਂ ਵਾਸਤੇ ਬਣਾਇਆ ਹੋਇਆ, ਉਹ ਵੀ ਤੁਹਾਨੂੰ ਦਿਖਾਵਾਂਗੇ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੱਥੀਂ ਤਿਆਰ ਕਰਦੇ ਨੇ ਇਹ ਲੋਕ। ਆਸ ਕਰਦੇ ਕਿ ਤੁਹਾਨੂੰ ਜਿਹੜੀ ਵਧੀਆ ਲੱਗੀ ਹੋਏਗੀ ਇਹਨਾਂ ਨਾਲ ਗੱਲਬਾਤ ਕੀਤੀ ਹੋਈ, ਔਰ ਨਵੇਂ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ।
कैमरा परसन सेवा सिंह नाल हरविंदर सिंह ढिल्लों लुधियाना लाइव।